ਲੁਧਿਆਣਾ ਦੇ ਵਿੱਚ ਕਈ ਡਾਈਂਗਾਂ ਬੰਦ ਕਰ ਦਿੱਤੀਆਂ ਗਈਆਂ ਨੇ। 30 ਜੂਨ ਨੂੰ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਖਤਮ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਹੁਣ ਕਾਰੋਬਾਰੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ। ਲੁਧਿਆਣਾ ਦੇ ਕਾਰੋਬਾਰੀਆਂ ਦੇ ਨਾਲ ਸ਼ੇਰੇ ਪੰਜਾਬ, ਅਕਾਲੀ ਦਲ ਤੇ ਕੁਝ ਹੋਰ ਸਮਾਜ ਸੇਵੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਗਿਆ ਕਿ ਜੇਕਰ 15 ਜੁਲਾਈ ਤੱਕ ਇਸ ਦਾ ਹੱਲ ਨਾ ਕੀਤਾ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਪੱਕੇ ਤੌਰ ਤੇ ਤਾਲਾ ਲੱਗ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਪਟਿਆਲਾ ਜਾਣਗੇ, ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਫ਼ਤਰ ਬੰਦ ਕਰਨਗੇ। ਉਹਨਾਂ ਕਿਹਾ ਕਿ ਬੁੱਢੇ ਦਰਿਆ ਦੇ 650 ਕਰੋੜ ਰੁਪਏ ਕਿੱਥੇ ਗਿਆ, ਇਸ ਦਾ ਹਿਸਾਬ ਦਿੱਤਾ ਜਾਵੇ। ਅੱਜ 650 ਕਰੋੜ ਦੀ ਲੁੱਟ ਦਾ ਲੁਧਿਆਣਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਹੈ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ, ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਬੁੱਢੇ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ। ਅਤੇ ਅੱਜ ਸਾਰੇ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲੈਂਸ ਵੱਲੋਂ ਦੀ ਆਹ ਮੰਗ ਚੱਕੀ ਗਈ ਹੈ। ਆਹ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕਿ ਬੁੱਢਾ ਨਾਲਾ ਸਾਫ਼ ਹੋ ਗਿਆ। 4 ਸਾਲ ਪਹਿਲੇ ਜਦੋਂ ਇਹਦੀ ਆਹ ਡਿਫੰਕਟ 650 ਕਰੋੜ ਦੀ DPR ਤਿਆਰ ਕੀਤੀ ਗਈ ਤਮਾਮ ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ, ਜਿਹਦੇ ਵਿੱਚ ਮੁੱਖ ਤੌਰ 'ਤੇ ਦੋਸ਼ੀ PMIDC ਦੇ CEO ਉਸ ਸਮੇਂ ਦੇ ਅਜੋਏ ਕੁਮਾਰ ਸ਼ਰਮਾ ਸੀਗੇ, ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ, ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਸੀਪਲ ਕਾਰਪੋਰੇਸ਼ਨ ਦੇ ਤਮਾਮ ਅਫਸਰ, ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਆਹ 650 ਕਰੋੜ ਦੀ ਗਲਤ DPR ਤਿਆਰ ਕੀਤੀ ਔਰ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜਿਸ ਦੇ ਵਿੱਚ ਸੈਂਟਰਲ ਗੌਰਮੈਂਟ ਦੇ ਮਿਨਿਸਟਰ ਜਲ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ 425 ਕਰੋੜ ਦੀ ਗ੍ਰਾਂਟ ਦਿੱਤੀ। ਆਹ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਅੱਜ ਸਾਡਾ ਬੁੱਢਾ ਦਰਿਆ, ਜਿਹਨੂੰ ਦਰਿਆ ਬਣਾਉਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ, ਇਸ ਗੰਦੇ ਨਾਲੇ ਨੂੰ ਅੱਜ ਉਹ ਫਿਰ ਗੰਦੇ ਦਾ ਨਾਲਾ ਉੱਥੇ ਦਾ ਉੱਥੇ ਖੜ੍ਹਾ ਹੈਗਾ। ਅਤੇ ਅੱਜ ਲੁਧਿਆਣੇ ਦੇ ਨਿਵਾਸੀ, ਵਪਾਰੀ, ਸਨਅਤਕਾਰ, ਕਿਸਾਨ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹੈਗੇ ਹੈ। 15 ਤਰੀਕ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਆਹ 650 ਕਰੋੜ ਦੀ ਜਿਹੜੀ ਸਰਿਆਮ ਲੁੱਟ ਹੋਈ ਹੈ, ਔਰ ਇਹਨਾਂ ਨੂੰ ਵਾਰ ਵਾਰ ਦੱਸਣ ਤੋਂ ਬਾਵਜੂਦ ਵੀ ਕਿਸੇ ਨੇ ਵੀ ਨਹੀਂ ਸੁਣੀ, ਜੇ 15 ਤਰੀਕ ਤੱਕ ਇਸਦੀ CBI ਇਨਕੁਆਇਰੀ ਜਾਂ ਇਸਦੀ ਵਿਜੀਲੈਂਸ ਇਨਕੁਆਇਰੀ ਜਾਂ 650 ਕਰੋੜ ਦਾ ਹਿਸਾਬ ਨਾ ਦਿੱਤਾ ਗਿਆ, ਉਹ ਤਮਾਮ ਅਫਸਰਾਂ ਦੀ ਜਾਂ ਉਸ ਸਮੇਂ ਦੀ ਸਰਕਾਰਾਂ ਦੀ ਡਿਊਟੀ ਫਿਕਸ ਨਹੀਂ ਕੀਤੀ ਗਈ। ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿਹਾ ਹੈਗਾ 0 ਟੋਲਰੈਂਸ, ਅਤੇ ਐਡੀ ਵੱਡੀ ਆਹ ਇੱਕ ਲੁੱਟ ਹੋ ਗਈ ਅਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ। 15 ਤਰੀਕ ਨੂੰ ਅਸੀਂ ਸਾਰਾ ਸ਼ਹਿਰ ਇਕੱਠੇ ਹੋ ਕੇ DC ਸਾਹਿਬ ਦੇ ਕੋਲ ਜਾ ਕੇ ਆਹ ਚੀਜ਼ ਦਾ ਪੁੱਛਣਗੇ ਤੁਹਾਡੇ ਮੀਡੀਆ ਦੇ ਮਾਰਫਤ, ਵੀ ਜੇ ਉਹਨਾਂ ਨੇ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤਾਂ ਸਾਨੂੰ ਚਾਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫ਼ਤਰ ਸਾਨੂੰ ਉੱਥੇ ਤਾਲਾ ਮਾਰ ਕੇ ਬੰਦ ਕਰਕੇ ਉੱਥੇ ਘਿਰਾਵ ਕਰਕੇ ਉੱਥੇ ਪਰਮਾਨੈਂਟ ਧਰਨੇ 'ਤੇ ਬਹਿਣਾ ਪਵੇ, ਚਾਹੇ ਲੁਧਿਆਣੇ ਦਾ ਪੋਲੂਸ਼ਨ ਬੋਰਡ ਦਾ ਜਿਹੜਾ ਦਫ਼ਤਰ ਹੈਗਾ, ਚਾਹੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਹੈ, ਚਾਹੇ DC ਦਫ਼ਤਰ ਹੈ, ਅਤੇ ਚਾਹੇ ABCD ਕਾਰਪੋਰੇਸ਼ਨ ਦੀ ਚਾਰੋਂ ਜ਼ੋਨਾਂ ਨੂੰ ਇਹਨਾਂ ਨੂੰ ਬੰਦ ਕਰਨੇ ਪਵੇ, ਅਤੇ ਅਸੀਂ ਸਾਡੇ ਜਥੇਬੰਦੀ ਔਰ ਤਮਾਮ ਸਾਡੀ ਫੈਡਰੇਸ਼ਨ ਅਸੀਂ ਉਹ ਸਾਰਾ ਕਦਮ ਚੱਕਾਂਗੇ। ਅਤੇ ਅਗਰ ਇਹਨਾਂ ਨੇ ਸਾਨੂੰ ਇਹਦਾ ਤਸੱਲੀ ਬਖਸ਼ 15 ਤਰੀਕ ਤੋਂ ਪਹਿਲੇ ਸਾਨੂੰ ਜਵਾਬ ਨਹੀਂ ਦਿੱਤਾ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਨਾਲ ਕੋਈ ਗੱਲਬਾਤ ਹੋ ਪਾਈ ਹੈ? ਮੁੱਖ ਮੰਤਰੀ ਜੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਸਾਲ ਪਹਿਲੇ ਸਾਡੇ ਵਪਾਰੀਆਂ ਦੀ ਮੀਟਿੰਗ ਬੁਲਾਈ ਗਈ ਸੀਗੀ, ਉੱਥੇ ਵੀ ਮੈਂ ਜਦੋਂ ਆ ਬੁੱਢੇ ਨਾਲੇ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਮੈਂ ਤੁਹਾਡੇ ਕੋਲ ਆਹ ਮੁੱਦਾ ਡਿਟੇਲ 'ਚ ਮੈਨੂੰ ਆ ਕੇ ਸਮਝਾਓ, ਪਰੰਤੂ ਨਾ ਕੋਈ ਸਰਕਾਰ ਵੱਲੋਂ ਕਦੀ ਕੋਈ ਸੁਨੇਹਾ ਆਇਆ, 1 ਸਾਲ ਬੀਤ ਗਿਆ, ਅਤੇ ਨਾ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਲੱਗਦੇ ਨੇ ਇਸ ਪ੍ਰਤੀ ਕੋਈ ਜਾਗਰੂਕ ਨੇ,
ਤੇ ਆ ਜ਼ੀਰੋ ਟੋਲਰੈਂਸ ਸਿਰਫ ਕਹਿਣ ਦੀਆਂ ਗੱਲਾਂ ਰਹਿ ਗਈਆਂ। ਸਾਰੇ ਤਮਾਮ ਅਫਸਰਾਂ ਨੂੰ ਦੇ ਆ ਮਹਿਕਮੇ ਜਦੋਂ ਜਿਹੜੇ ਅਸੀਂ ਲੋਕ ਟੈਕਸਾਂ ਦੇ ਰਾਹੀਂ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ, ਜਦ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਔਰ ਉਹ ਜਿਹੜਾ ਕੰਮ ਇਹਨਾਂ ਨੇ ਗਲਤ ਕੰਮ ਡੀ ਪੀ ਆਰ ਆ ਬਣਾ ਕੇ ਉਹ ਪੈਸਾ ਸਾਡਾ ਲੁੱਟਣਾ ਅਤੇ ਫਿਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਬਣਦਾ ਆ ਸਰਕਾਰੀ ਅਫਸਰਾਂ ਨੂੰ ਆਪਣੀ ਸੀਟਾਂ 'ਤੇ ਬਹਿਣ ਦਾ। ਆ ਤਮਾਮ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈਗਾ ਔਰ ਆ ਦਫ਼ਤਰ ਬੰਦ ਕਰ ਦੇਣੇ ਚਾਹੀਦੇ ਹੈ। ਅਸੀਂ ਲੁਧਿਆਣਾ ਸ਼ਹਿਰ ਦੇ ਲੋਕ ਆਪਣੀ ਸੁਸਾਇਟੀ ਬਣਾ ਕੇ ਅਸੀਂ ਆਪਣੇ ਆਪ ਹੀ ਕਾਰਪੋਰੇਸ਼ਨ ਵੀ ਚਲਾਉਣਾਗੇ ਅਤੇ ਪੋਲੂਸ਼ਨ ਬੋਰਡ ਵੀ ਚਲਾਉਣਾਗੇ। ਹਾਂਜੀ ਹਾਂਜੀ, ਅਸੀਂ ਕੱਲ੍ਹ ਹੀ ਇਹਦੀ ਹਾਈ ਕੋਰਟ ਦੇ ਵਿੱਚ ਪੀ ਆਈ ਐੱਲ ਲਗਾਉਣ ਜਾ ਰਹੇ ਹੈਗੇ ਹਾਂ ਔਰ ਅਸੀਂ ਹਾਈ ਕੋਰਟ 'ਚ ਪੀ ਆਈ ਐੱਲ ਦੇ ਮਾਰਫਤ ਮੰਗ ਕਰਾਂਗੇ ਵੀ ਇਸ ਐਡੀ ਵੱਡੀ ਲੁੱਟ ਦੀ ਸੀ ਬੀ ਆਈ ਇਨਕੁਆਇਰੀ ਕਰਵਾਈ ਜਾਵੇ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਨੂੰ ਮੰਗ ਕਰਦੇ ਹਾਂ ਵੀ ਘੱਟੋ ਘੱਟ ਤੁਸੀਂ ਵਿਜੀਲੈਂਸ ਇਨਕੁਆਇਰੀ ਇਸ ਦੀ ਕਰਾਓ ਪ੍ਰੋਜੈਕਟ ਦੀ ਔਰ ਉਸ ਸਮੇਂ ਦੇ ਤਮਾਮ ਅਫਸਰਾਂ ਨੂੰ ਇਹਨਾਂ ਦੀ ਜਵਾਬ ਦੀ ਫਿਕਸ ਕੀਤੀ ਜਾਵੇ ਜਾਂ ਫਿਰ ਇਹਨਾਂ ਨੂੰ ਇਹਨਾਂ ਦੇ ਘਰਾਂ ਭੇਜਿਆ ਜਾਵੇ। ਕਰੋੜ ਦਾ ਆਫਰ ਕੀਤਾ ਕਿ ਅਸੀਂ ਇਹਨਾਂ ਪ੍ਰੋਜੈਕਟ ਬਣਾ ਦਾਂਗੇ, ਲੇਕਿਨ ਉਹ ਆਗੂਆਂ ਨੇ ਤੁਹਾਡਾ ਵਿਰੋਧ ਕੀਤਾ ਸੀ ਕੁਝ, ਉਸ ਟਾਈਮ ਤੋਂ ਆ 2020 ਦੀ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਦੇਖੋ ਇੱਕ ਮਜ਼ੇਦਾਰ ਗੱਲ ਹੋਰ ਦੱਸਦਾ, ਆ ਡੀ ਪੀ ਆਰ ਕਰੋਨਾ ਕਾਲ ਦੇ ਵਿੱਚ ਬਣਾਈ ਗਈ ਔਰ ਮਨਜ਼ੂਰ ਕੀਤੀ ਗਈ ਔਰ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਕਰੋਨਾ ਕਾਲ ਦੇ ਵਿੱਚ ਜਦੋਂ ਕਿ ਸਾਰਾ ਦੇਸ਼ ਬੰਦ ਪਿਆ ਸੀਗਾ, ਪੂਰਾ ਸੰਸਾਰ ਬੰਦ ਪਿਆ ਸੀਗਾ, ਉਸੇ ਦੌਰਾਨ ਹੀ ਉਹਨੂੰ ਆ ਟੈਂਡਰ ਅਲੋਟ ਕਰ ਦਿੱਤਾ ਗਿਆ ਅਤੇ ਇਸ ਤੋਂ ਵੱਡੀ ਮਿਲੀ ਭਗਤ ਕੀ ਹੋਊਗੀ ਜੀ। ਠੀਕ ਹੈ ਜੀ, ਉਸ ਸਮੇਂ ਦੀ ਆਵਾਜ਼ ਚੱਕ ਰਹੇ ਹਾਂ ਪਰੰਤੂ ਆਵਾਜ਼ ਨਹੀਂ ਚੱਕੀ ਗਈ, ਪਰੰਤੂ ਹੁਣ ਆਹ ਲੁੱਟ ਹੋ ਚੁੱਕੀ ਹੈ। ਉਸ ਸਮੇਂ ਲੁੱਟ ਹੋਣ ਦੇ ਆਸਾਰ ਸੀਗੇ, ਉਸ ਸਮੇਂ ਮੈਨੂੰ ਗਲਤ ਠਹਿਰਾਇਆ ਗਿਆ ਬਈ ਆਹ ਤੁਸੀਂ ਗਲਤ ਆਰੋਪ ਲਗਾ ਰਹੇ ਹੋ, ਹੁਣ ਤਾਂ ਹਾਥ ਕੰਗਣ ਕੋ ਆਰਸੀ ਗਿਆ ਔਰ ਪੜ੍ਹੇ ਲਿਖੇ ਕੋ ਫਾਰਸੀ ਗਿਆ। ਚਲੋ ਮੇਰੇ ਨਾਲ ਸਾਰੇ ਜਣੇ ਬੁੱਢਾ ਨਾਲਾ ਜਾ ਕੇ ਚੈੱਕ ਕਰ ਲਓ ਕਿ ਬੁੱਢਾ ਨਾਲਾ ਸਾਫ਼ ਹੋ ਗਿਆ। ਬਾਬਾ ਜੀ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਸੀ, ਹੁਣ ਕੇਂਦਰੀ ਮੰਤਰੀ ਬਣ ਗਏ ਨੇ, ਲੱਗਦਾ ਕਿ ਉਹਨਾਂ ਨੂੰ ਵੀ। ਰਵਨੀਤ ਬਿੱਟੂ ਜੀ ਉਸ ਸਮੇਂ ਕਾਂਗਰਸ ਦੇ ਲੁਧਿਆਣੇ ਦੇ ਮੈਂਬਰ ਆਫ ਪਾਰਲੀਮੈਂਟ ਸੀਗੇ, ਉਹ ਇਸ ਲੁੱਟ ਦੇ ਵਿੱਚ ਬਰਾਬਰ ਦੇ ਸ਼ਰੀਕ ਨੇ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਬੀ ਜੇ ਪੀ 'ਚ ਚਲੇ ਗਏ, ਉਹ ਅੱਜ ਕੱਲ੍ਹ ਸਾਰੇ ਲੋਕ ਹੱਸਦੇ ਆ ਨਾ ਵੀ ਬੀ ਜੇ ਪੀ ਵਾਸ਼ਿੰਗ ਮਸ਼ੀਨ, ਅਤੇ ਬਿੱਟੂ ਜੀ ਵੀ ਉਸ ਇਸ ਲੁੱਟ ਵਿੱਚ ਬਰਾਬਰ ਦੇ ਸ਼ਾਮਿਲ ਸੀਗੇ। ਉਸ ਸਮੇਂ ਦੇ ਜੋ ਵੀ ਮੰਤਰੀ ਸੀਗੇ ਜਾਂ ਜੋ ਸਰਕਾਰਾਂ ਸੀਗੀਆਂ ਉਹ ਬਰਾਬਰ ਦੀ ਸ਼ਾਮਿਲ ਸੀਗੀਆਂ, ਹੁਣ ਆ ਸਾਰੇ ਪਾਰਟੀਆਂ ਛੱਡ ਕੇ ਬੀ ਜੇ ਪੀ 'ਚ ਭੱਜ ਗਏ ਹੈਗੇ ਨੇ, ਕਿਉਂਕਿ ਉਸ ਸਮੇਂ ਬੀ ਜੇ ਪੀ ਦਾ ਮੰਤਰੀ ਵੀ ਇਹਨਾਂ ਨਾਲ ਰਲਿਆ ਹੋਇਆ ਸੀਗਾ, ਗਜਿੰਦਰ ਸਿੰਘ ਸ਼ੇਖਾਵਤ ਜਿਹਨੇ 425 ਕਰੋੜ ਰੁਪਏ ਦਿੱਤਾ। ਆ ਸਾਰੇ ਲੁਟੇਰੇ ਨੇ ਔਰ ਇਹਨਾਂ ਤੋਂ ਇੱਕ ਇੱਕ ਪੈਸੇ ਦਾ ਲੁਧਿਆਣੇ ਦੇ ਲੋਕ ਹਿਸਾਬ ਮੰਗਣਗੇ। ਦੇਖੋ ਜੀ ਆਹ ਲਾਈਵ ਪਾਣੀ ਉੱਥੇ ਦਾ ਆ ਰਿਹਾ ਜੀ, ਆਹ ਦੇਖੋ ਦਰਿਆ ਦਾ ਸਾਫ਼ ਪਾਣੀ, ਦੂਜਾ ਗੱਲ ਆ ਪਰਲੇ ਪਾਸੇ ਦਰਿਆ ਦਾ ਸਾਫ਼ ਪਾਣੀ ਹੈ ਸਤਲੁਜ ਦਾ ਔਰ ਇੱਧਰਲੇ ਪਾਸੇ ਲੁਧਿਆਣੇ ਵਿੱਚ ਜਿਹੜਾ ਬੁੱਢਾ ਨਾਲਾ ਹੋ ਕੇ ਜਾ ਰਿਹਾ, ਆ ਤੁਸੀਂ ਸਪਸ਼ਟ ਦੇਖ ਰਹੇ ਹੋ ਕਾਲਾ ਸ਼ਾਹ ਪਾਣੀ ਹੈ, ਆਹ ਸਾਡੇ ਦਰਿਆ ਨੂੰ ਬਰਬਾਦ ਕਰ ਰਿਹਾ ਹੈ। ਸੰਤ ਸੀਚੇਵਾਲ ਜੀ ਨੂੰ ਮੈਂ ਪ੍ਰਣਾਮ ਕਰਦਾ, ਉਹ ਮਹਾਂਪੁਰਸ਼ ਨੇ, ਜੋ ਉਹ ਕਰ ਰਹੇ ਨੇ ਵਧੀਆ ਕਰ ਰਹੇ ਨੇ, ਜੋ ਕਰਨਗੇ ਵਧੀਆ ਕਰ। ਹਾਂਜੀ, ਤਾਲੇ ਜੜਨ ਦੀ ਪੂਰੀ ਤਿਆਰੀ ਹੈ ਜੇ 15 ਤਰੀਕ ਤੋਂ ਪਹਿਲੇ ਪਹਿਲੇ ਸਾਨੂੰ ਇਹਦਾ ਕੋਈ ਸਾਨੂੰ ਤਸੱਲੀ ਬਸ ਸਾਨੂੰ ਜਵਾਬ ਨਾ ਦਿੱਤਾ ਗਿਆ। ਆਹ ਦੇਖੋ ਸਾਰੇ ਜਿਹਨੇ ਦਰਿਆ ਦਾ ਗਿਆ ਵੀ ਆਹ ਦਰਿਆ ਦਾ ਸਾਡੇ ਸਤਲੁਜ ਦਾ ਕੀ ਹਾਲ ਹੋ ਰਿਹਾ, ਸਾਡੀਆਂ ਆਉਣ ਵਾਲੇ ਬੱਚੇ ਨਸਲਾਂ ਪੀੜ੍ਹੀਆਂ ਸਾਰੀਆਂ ਬਰਬਾਦ ਹੋ ਜਾਣਗੀਆਂ, ਕੈਂਸਰ ਨਾਲ ਇੱਥੇ ਬਿਮਾਰੀਆਂ ਫੈਲ ਜਾਣਗੀਆਂ, ਅਤੇ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਹੈ ਵੀ ਇਸ ਨੂੰ ਸਾਫ਼ ਕਰਨ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ।